असलम आज इतवार है अप्रैल दी 19 शबानू मौजम दी पंजी तसाख की छे तारीख ए रेडियो पाकिस्तान है रुखसाना मुसरत तो खबर सुनो पहला खास खबर का खुलासा वजीर अजम ने कहा है कि पाकिस्तान गुरबत उ काबू पाने कामयाब काम हो गया तो फिर करोना वायरस की वबा के खिलाफ भी लड़ाई जित जाएगा एनडीएमए ਕੋਰੋਨਾ ਵਾਇਰਸ ਦਾ ਪਤਾ ਲਾਉਣ ਦੀ ਸਲਾਹੀਤ ਵਿਧਾਨ ਲਈ ਕੱਲ ਤੱਕ ਸਾਰੇ ਸੂਬਿਆਂ ਨੂੰ 1 ਲੱਖ ਟੈਸਟਿੰਗ ਕਿਟਾਂ ਦੇਵੇਗਾ ਸਮਾਜੀ ਤਹਫੂਜ਼ ਬਾਰੇ ਖੂਸੂਸੀ ਮਾਬਿਨ ਨੇ ਕਿਹਾ ਹੈ ਕਿ ਮੁਸਤਹਿਕ ਲੋਕ 8171 ਤੇ ਰਾਤੀ 12 ਵਜੇ ਤੱਕ ਆਪਣਾ ਸ਼ਨਾਖਤੀ ਕਾਰਡ ਨੰਬਰ ਭੇਜ ਕੇ ਅਹਿਸਾਸ ਪ੍ਰੋਗਰਾਮ ਵਿੱਚ ਆਪਣੇ ਆਪ ਨੂੰ ਰਜਿਸਟਰ ਕਰਵਾ ਸਕਦੇ ਨੇ ਮਸ਼ਹੂਰ ਫਿਲਮੀ ਅਦਾਕਾਰ ਮੁਹੰਮਦ ਅਲੀ ਦੀ 90ਵੀਂ ਸਾਲਗਿਰਾ ਅੱਜ ਮਨਾਈ ਜਾ ਰਹੀ ਹੈ ਹਾਂ ਤੁਸੀਂ ਪੂਰੀਆਂ ਖਬਰਾਂ ਸੁਣੋ। وزیراعظم ਇਮਰਾਨ ਖਾਨ ਨੇ ਕਿਹਾ ਕਿ ਪਾਕਿਸਤਾਨ ਨੇ ਗੁਰਬਤ ਉਤੇ ਕਾਬੂ ਪਾਲ ਲਿਆ ਤੇ ਫਿਰ ਉਹ ਕੋਰੋਨਾ ਵਾਇਰਸ ਦੇ ਖਿਲਾਫ ਲੜਾਈ ਜਿੱਤ ਲਵੇਗਾ। ਉਹਨਾਂ ਇਹ ਗੱਲ اسلام آباد ਵਿੱਚ ਮੀਡੀਆ ਨੂੰ ਬਰੀਫਿੰਗ ਵਿੱਚ ਕਹੀ। ਉਹਨਾਂ ਕਿਹਾ ਕਿ ਇਸ ਮਹੀਨੇ ਦੀ 25 ਤਾਰੀਖ ਤੱਕ ਕੋਰੋਨਾ ਦੇ ਕੇਸਾਂ ਦੀ ਤਾਦਾਦ 50 ਹਜ਼ਾਰ ਤੱਕ ਪਹੁੰਚਣ ਦਾ ਖਦਸ਼ਿਆ ਸੀ ਪਰ ਇਹ ਸ਼ਰਾ ਕਾਟੇ। ਉਹਨਾਂ ਕਿਹਾ ਕਿ ਹੁਣ ਕੋਰੋਨਾ ਵਾਇਰਸ ਦੇ ਕੇਸਾਂ ਦੀ ਤਾਦਾਦ 12 ਹਜ਼ਾਰ ਤੋਂ 15 ਹਜ਼ਾਰ ਤੱਕ ਰਹਿਣ ਦਾ ਇਮਕਾਨ ਹੈ। ਉਨਾ ਖਬਰਦਾਰ ਕੀਤਾ ਕਿ ਹਕੂਮਤ ਨੂੰ ਖਤਰਾ ਹੈ ਕਿ ਅਗਲੇ ਮਹੀਨੇ ਦੀ 15 ਤੋਂ 25 ਤਾਰੀਖ ਤੱਕ ਮੁਸ਼ਕਲ ਸੂਰਤ ਹਾਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਹਨਾਂ ਕਿਹਾ ਕਿ ਜੇ ਲੋਕ احتیاطی تدابیریں اختیار ਕਰਨਗੇ ਤੇ ਦਬਾਅ ਹੋਰ ਘਟ ਜਾਏਗਾ। ਉਹਨਾਂ ਅਮੀਰ ਲੋਕਾਂ ਉੱਤੇ ਜ਼ੋਰ ਦਿੱਤਾ ਕਿ ਉਹ ਇਸ ਮੁਸ਼ਕਲ ਘੜੀ ਵਿੱਚ ਗਰੀਬਾਂ ਦੀ ਮਦਦ ਕਰਨ। ਉਹਨਾਂ ਫਨਕਾਰਾਂ, ਉlema ਤੇ ਨਿਊਜ਼ ਐਂਕਰਾਂ ਸਮੇਤ رائے عامہ ਬਣਾਉਣ ਵਾਲਿਆਂ ਉੱਤੇ ਵੀ ਜ਼ੋਰ ਦਿੱਤਾ ਕਿ ਉਹ ਲੋਕਾਂ ਨੂੰ ਦੱਸਣ ਕਿ احتیاطی تدابیریں اختیار ਕਰਨੇ ਚ अपना फायदा है वजीर आजम ने कहा कि सदर डॉ आरिफ अलवी तलमा बार सलाह मशवरे तो बाद रमज़ान तराबी की नमाज की अदायगी लरीका कार उ इतफाक गया है वजीर एजम ने खबरदार फिर कि हुकूमत जखीरा अंदोजी समगलिंग से बदउनमानी मुलविस्किलाफ़ सख्त कारवाई करेगी ਉਨਾ ਕਿ ਆ ਕਿ ਜ਼ਖੀਰਾ ਅੰਦੋਜ਼ੀ ਦੇ ਖਿਲਾਫ ਇੱਕ ਆਰਡੀਨੈਂਸ ਪਹਿਲਾਂ ਜਾਰੀ ਕੀਤਾ ਜਾ ਚੁੱਕਿਆ ਹੈ ਜਦ ਕਿ ਸਮਗਲਿੰਗ ਦੇ ਖਿਲਾਫ ਇੱਕ ਹੋਰ ਆਰਡੀਨੈਂਸ ਛੇਤੀ ਜਾਰੀ ਕਰ ਦਿੱਤਾ ਜਾਏਗਾ। ਮਜ਼ੀਰੇ ਖਾਰਜਾ ਸ਼ਾ ਮਹਿਮੂਦ ਕੁਰੀਸ਼ ਨੇ عالمی ਬਰਾਦਰੀ ਉਤੇ ਜ਼ੋਰ ਦਿੱਤਾ ਹੈ ਕਿ ਕਰੋਨਾ ਦੀ وبਾ ਦੇ ਖਿਲਾਫ ਮਿਲ ਕੇ ਜਦੋਜੋਦ ਕੀਤੀ ਜਾਏ। ਉਹਨਾਂ ਇਹ ਗੱਲ ਮਲਤਾਨ ਵਿੱਚ ਪਾਕਿਸਤਾਨ ਮੈਡੀਕਲ ਐਸੋਸੀਏਸ਼ਨ ਨੂੰ ਹਿਫਾਜ਼ਤੀ ਕਿਟਾਂ ਦੇ ਹਵਾਲੇ ਕਰਨ ਦੇ ਵੇਲੇ ਸਾਹਫੀਆਂ ਨਾਲ ਗੱਲਾਂ ਕਰਦੇ ਹੋਏ ਆਖੀ। ਉਹਨਾਂ ਕਿਹਾ ਕਿ ਫੌਰਨ ਆਫਿਸ ਵਿਮਨ اسوسی ایشن نے ملتان دے ڈاکٹراں لئی 1000 ماسک حفاظتی کٹاں دستانے تے شیلڈز دا عطیہ دتا اے مختلف ملکاں وچ پھسے ہوئے پاکستانیاں بارے وزیر خارجہ نے کہیا کہ کرنٹینہ لئی سہولتاں ودا دیتیاں گئیاں نے تے بیرونی ملک پھسے ہوئے پاکستانیاں نوں واپس لے اون لئی کم جاری رہے گا اے خبرن توسی ریڈیو پاکستان توں سن رہے ہو ਕੁਦਰਤੀ ਆਫਤਾਂ ਤੋਂ ਪੈਦਾ ਸੁਰਤਿਹਾਲ ਵਿੱਚ ਮਦਦ ਕਰਨ ਦੀ ਅਥਾਰਟੀ ਕੱਲ ਸਾਰੇ ਸੂਬਿਆਂ ਨੂੰ 1 ਲੱਖ ਟੈਸਟਿੰਗ ਕਿਟਾਂ ਦੇਵੇਗੀ ਜਿਹਦੇ ਨਾਲ ਕਰੋਨਾ ਦੇ ਟੈਸਟ ਕਰਨ ਵਿੱਚ ਸੂਬਿਆਂ ਦੀ ਸਲਾਇਯਤ ਵਧੇਗੀ ਇਹ ਗੱਲ ਅਥਾਰਟੀ ਦੇ ਚੇਅਰਮੈਨ ਮੁਹੰਮਦ ਅਫਸਲ ਨੇ اسلامਾਬਾਦ ਦੇ ਟਿਕ ਨਿਊਜ਼ ਚੈਨਲ ਉਤੇ ਦੱਸੀਏ ਉਹਨਾਂ ਕਿਹਾ ਕਿ ਸਾਰੇ ਮੁਲਕ ਵਿੱਚ 50 ਲੈਬਾਰਟਰੀਆਂ ਕੰਮ ਕਰ ਰਹੀਆਂ ਨੇ ਤੇ ਰੋਜ਼ਾਨਾ 6000 ਬੰਦਿਆਂ ਦੇ ਟੈਸਟ ਲਏ ਜਾ ਰਹੇ ਨੇ ਸਮਾਜੀ ਤਹਾਫੇ ਗੁਰਬਤ ਦੇ ਖਾਤਮੇ ਬਾਰੇ ਖੁਸੂਸੀ ਮੁਆਵਨ ਡਾਕਟਰ ਸਾਨੀਆ ਨਿਸ਼ਤਰ ਨੇ ਕਿਹਾ ਹੈ ਕਿ 10 ਦਿਨਾਂ ਵਿੱਚ 44 ਲੱਖ ਤੋਂ ਵੱਧ ਗਰੀਬ ਟਬਰਾਂ ਵਿੱਚ 53 ਅਰਬ ਰੁਪਏ ਤੋਂ ਵੱਧ ਰਕਮ ਵੰਡੀ ਗਈ ਹੈ ਇੱਕ ਟਵੀਟ ਵਿੱਚ ਉਹਨਾਂ ਨੇ ਕਿਹਾ ਕਿ ਅਹਿਸਾਸ ਪ੍ਰੋਗਰਾਮ ਵਿੱਚ ਦਿਹਾੜੀਦਾਰ ਤੇ ਦੂਜੇ مستحق ਬੰਦੇ ਵੀ ਸ਼ਾਮਲ ਹੋ ਸਕਦੇ ਨੇ ਤੇ ਉਹ ਅੱਜ ਰਾਤੀ 12 ਵਜੇ ਤੱਕ 8171 ਉਤੇ ਆਪਣਾ ਸ਼ਨਾਖਤੀ ਕਾਰਡ ਨੰਬਰ ਭੇਜਵਾ ਕੇ ਪ੍ਰੋਗਰਾਮ ਵਿੱਚ ਸ਼ਾਮਲ ਹੋ ਸਕਦੇ ਨੇ ਉਨ੍ਹਾਂ ਦੱਸਿਆ ਕਿ ਪੰਜਾਬ ਦੇ ਕੋਈ 786000 ਤੋਂ ਵੱਧ ਟਬਰਾਂ ਦੀ ਮਦਦ ਕੀਤੀ ਗਈ ਹੈ। ਰੇਲਵੇ ਦੇ وزیر ਸ਼ੇਖ ਰਸ਼ੀਦ আহমেদ ਨੇ ਕਿਹਾ ਹੈ ਕਿ ਪਾਕਿਸਤਾਨ ਰੇਲਵੇ ਖੂਸੀ ਕਰੰਟੀਨਾ ਟ੍ਰੇਨ ਚਲਾਏਗੀ ਜਿਹਦੇ ਵਿੱਚ 3 ਬੋਗੀਆਂ ਹੋਣਗੀਆਂ ਇਹ ਟ੍ਰੇਨ ਅੱਜ ਚਮਨ ਬਰੋਚਿਸਤਾਨ ਰਵਾਨਾ ਹੋਵੇਗੀ। ਟ੍ਰੇਨ ਵਿੱਚ ਦੋ ਮੈਡੀਕਲ ਬੋਗੀਆਂ ਵੀ ਹੋਣਗੀਆਂ। ਉਹ ਲਾਹੌਰ ਵਿੱਚ ਨਿਊਜ਼ ਕਾਨਫਰੰਸ ਨੂੰ ਖਿਤਾਬ ਕਰ ਰਹੇ ਸਨ ਉਨ੍ਹਾਂ ਕਿਹਾ ਕਿ ਕੁਲੀਆਂ ਨੂੰ ਹੀ ਅਹਿਸਾਸ ਅਮਰਜੈਂਸੀ ਪ੍ਰੋਗਰਾਮ ਦੇ ਤਹਿਤ 12-12000 ਰੁਪਏ ਦਿੱਤੇ ਜਾਣਗੇ ਤਾਂ ਜੋ ਉਨ੍ਹਾਂ ਦੀ مالی ਹਾਲਤ ਬਿਹਤਰ ਹੋ ਸਕੇ ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਦੇ ذریعے 10000 ਕੁਲੀ ਫਾਇਦਾ ਲੈ ਸਕਦੇ ਨੇ ਵਿਫਾਕੀ وزیر ਨੇ ਕਰੋਨਾ ਬਾਰੇ ਮੀਡੀਆ ਤੇ ਦੋਸਤ ਦਰੁਸਤ ਆਦਾਦੋ شمار ਦੱਸ ਕੇ ਚੰਗਾ ਕਿਰਦਾਰ ਅਦਾ ਕੀਤਾ ਹੈ ਵਿਫਾਕੀ وزیر ਨੇ ਕਿਹਾ ਕਿ ਕਰੋਨਾ ਬਾਰੇ ਮੀਡੀਆ ਨੇ درست ਆਦਾਦੋ شمار ਦੱਸ ਕੇ ਚੰਗਾ ਕਿਰਦਾਰ ਅਦਾ ਕੀਤਾ ਹੈ ਨੈਸ਼ਨਲ ਹਾਈਵੇਸ ਤੇ ਮੋਟਰਵੇਸ ਪੁਲਿਸ ਨੇ ਕਿਹਾ ਹੈ ਕਿ ਕਰੋਨਾ ਵਬਾ ਨੂੰ ਫੈਲਣ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਦੀ ਵਜ੍ਹਾ ਤੇ ਮੋਟਰਵੇਸ ਉੱਤੇ ਹਰ ਤਰ੍ਹਾਂ ਦੀ ਮੁਸਾਫਰ ਗੱਡੀ ਦੇ ਚੱਲਣ ਉਤੇ پابੰਦੀ ਹੈ ਮੋਟਰਵੇਅ ਦੇ ਤਰਜਮਾਨ ਨੇ ਇੱਕ ਵੀਡੀਓ ਪੈਗਾਮ ਜਾਰੀ ਕੀਤਾ ਹੈ ਕਿ ਨਿੱਜੀ ਛੋਟੀ ਗੱਡੀਆਂ ਨੂੰ ਸਫ਼ਰ ਕਰਨ ਦੀ ਇਜਾਜ਼ਤ ਹੈ ਪਰ ਹਰ ਗੱਡੀ ਵਿੱਚ ਇੱਕ ਜਾਂ ਦੋ ਬੰਦੇ ਹੋਣੇ ਚਾਹੀਦੇ ਨੇ ਫਿਲਮ ਸਟਾਰ ਮੁਹੰਮਦ ਅਲੀ ਦੀ ਅੱਜ 99ਵੀਂ ਸਾਲਗिरा ਮਨਾਈ ਜਾ ਰਹੀ ਹੈ ਮੁਹੰਮਦ ਅਲੀ ਨੇ 1956 ਵਿੱਚ ਬ੍ਰਾਡਕਾਸਟਿੰਗ ਦੇ ਤੌਰ ਤੇ ਰੇਡੀਓ ਪਾਕਿਸਤਾਨ ਵਿੱਚ ਕੰਮ ਸ਼ੁਰੂ ਕੀਤਾ ਸੀ ਉਹ ਰੇਡੀਓ ਪਾਕਿਸਤਾਨ ਦੇ ਬਹਾਵਲਪੁਰ ਤੇ ਕਰਾਚੀ ਸਟੇਸ਼ਨਾਂ ਉਤੇ ਵੀ ਕੰਮ ਕਰਦੇ ਰਹੇ ਨੇ। ਸਮੁੰਦਰੀ ਮਾਮਲਿਆਂ ਬਾਰੇ ਵਜ਼ੀਰ ਸੈਦ ਅਲੀ ਹੈਦਰਜ਼ਾਦੀ ਨੇ اپੋਜੀਸ਼ਨ ਨੂੰ ਕਿਹਾ ਹੈ ਕਿ ਉਹ ਸਿਆਸਤ ਚਮਕਾਨ ਦੀ بجائے ਕਰੋਨਾ ਨਾਲ ਨਿਬੜਨ ਦੀ مشترਕਾ ਹਕਮਤੀ ਅਮਲੀ ਬਣਾਉਣ ਤੇ ਤਾਲਮਿਲ ਕਰਨ। ਨਿੱਜੀ ਨਿਊਜ਼ ਚੈਨਲ ਉਤੇ ਗੱਲਾਂ ਕਰਦਿਆਂ ਹੋਇਆਂ ਉਹਨਾਂ ਕਿਹਾ ਕਿ ਹਕੂਮਤ ਕਰੋਨਾ ਵਬਾ ਉਤੇ ਕਾਬੂ ਪਾਣ ਲਈ ਸਾਰੇ ਅਫਰੀਕਾ ਦੇ مشورے ਨਾਲ ਫੈਸਲੇ ਕਰ ਰਹੀਏ। ਉਹਨਾਂ ਕਿਹਾ ਕਿ ਹਕੂਮਤ ਨੇ ਗਰੀਬਾਂ ਦੀ ਮਦਦ ਦੇ ਪ੍ਰੋਗਰਾਮ ਸ਼ੁਰੂ ਕੀਤੇ ਹੋਏ ਨੇ ਜਿਨ੍ਹਾਂ ਵਿੱਚ ਅਹਿਸਾਸ ਕੈਸ਼ ਪ੍ਰੋਗਰਾਮ ਵੀ ਸ਼ਾਮਲ ਹੈ ਖਾਸ ਖਾਸ ਖਬਰਾਂ ਦਾ ਖੁਲਾਸਾ ਇੱਕ ਵਾਰੀ ਫਿਰ ਸੁਣ ਲਵੋ ਵਜ਼ੀਰ ਆਜ਼ਮ ਨੇ ਕਿਹਾ ਹੈ ਕਿ ਪਾਕਿਸਤਾਨ ਗਰਬਤ ਉਤੇ ਕਾਬੂ ਪਾਨ ਇਸ ਕਾਮਯਾਬ ਹੋ ਗਿਆ ਤੇ ਫਿਰ ਕੋਰੋਨਾ ਵਾਇਰਸ ਦੀ وبਾ ਦੇ ਖਿਲਾਫ ਲੜਾਈ ਜਿੱਤ ਜਾਏਗਾ ਐਨ ਡੀ ਐਮ ਐ ਕੋਰੋਨਾ ਵਾਇਰਸ ਦਾ ਪਤਾ ਲਾਣ ਦੀ ਸਲਾਇਯਤ ਵਿਧਾਨ ਲਈ ਕੱਲ ਤੱਕ ਸਾਰੇ ਸੂਬਿਆਂ ਨੂੰ 1 ਲੱਖ ਟੈਸਟਿੰਗ ਕਿਟਾਂ ਦੇਵੇਗਾ समाजी तहफुज बारे खसूसी मुआविन ने कहा है कि लोग अठ एक सता बजे तक अपना शनाख्ती कार्ड नंबर भेज के अपने आप नजिस्टर करवा सकते हैं खबर ख़त्म